ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਦਾ ਚੈਨਲ ਫੈਂਟਮ ਸਿੰਘ ਕੈਨੇਡਾ। ਅੱਜ ਦੀ ਵੀਡੀਓ ਹੈਗੀ ਆ ਜੀ ਕਾਰਪੈਂਟਰ ਦੀ ਸੈਲਰੀ 'ਤੇ, ਯਾਨੀ ਕਿ ਇੱਕ ਕਾਰਪੈਂਟਰ, ਇੱਕ ਲੱਕੜ ਦਾ ਕੰਮ ਕਰਨ ਵਾਲਾ ਬੰਦਾ ਕੈਨੇਡਾ ਦੇ ਵਿੱਚ ਇੱਕ ਮੰਥ ਦਾ ਕਿੰਨਾ ਕਮਾ ਸਕਦਾ ਜਾਂ ਫਿਰ ਕਿੰਨਾ ਕਮਾਉਂਦਾ ਆ। ਜੇ ਤੁਸੀਂ ਸੋਚਿਆ ਵੀ ਤੁਸੀਂ ਇੰਡੀਆ ਤੋਂ ਕੈਨੇਡਾ ਆ ਕੇ ਕਾਰਪੈਂਟਰੀ ਦਾ ਕੰਮ ਕਰਨਾ ਨਾ, ਜਾਂ ਕਈਆਂ ਨੇ ਕੰਮ ਉੱਧਰ ਪਹਿਲਾਂ ਕੀਤਾ ਹੁੰਦਾ ਸੋ ਉਹ ਇੱਧਰ ਆ ਕੇ ਕੰਟੀਨਿਊ ਕਰਨਾ ਚਾਹੁੰਦੇ ਨੇ, ਜਾਂ ਕੋਈ ਨਵਾਂ ਬੰਦਾ ਵੀ ਕੰਮ ਸਟਾਰਟ ਕਰਨਾ ਚਾਹੁੰਦਾ ਆ, ਤਾਂ ਇਹ ਬਹੁਤ ਹੀ ਗੁੱਡ ਡਿਸੀਜ਼ਨ ਆਈ, ਕਿਉਂਕਿ ਕਾਰਪੈਂਟਰ ਦੀ ਜੌਬ ਦੀ ਇੱਥੇ ਬਹੁਤ ਵੈਲਿਊ ਆ। ਤੁਹਾਡੇ ਸਕਿੱਲ ਦਾ ਮੁੱਲ ਮੁੜਦਾ ਪੂਰਾ ਇੱਥੇ। ਕਾਰਪੈਂਟਰ ਦਾ ਕੰਮ ਕਾਫੀ ਵਧੀਆ ਜੀ, ਸਕਿੱਲਡ ਵਰਕਰਸ ਚਾਹੁੰਦਾ ਆ, ਲੋਕ ਚਾਹੁੰਦੇ ਨੇ ਵੀ ਸਾਨੂੰ ਮਿਲੇ, ਹੈ ਨਾ। ਊਂ ਵੀ ਕੰਮ ਇਹ ਵੱਖਰਾ ਆ ਬਾਕੀਆਂ ਨਾਲੋਂ, ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੀ, ਕੰਮ ਸਾਰੇ ਬਰਾਬਰ ਨੇ। ਪਰ ਜੇ ਤੁਹਾਨੂੰ ਇੱਕ ਸਮਾਰਟ ਵਰਕ ਕਰਕੇ ਵੱਧ ਪੈਸੇ ਮਿਲ ਜਾਣ ਤਾਂ ਉਹਦੇ 'ਚ ਮਾੜਾ ਵੀ ਕੁਛ ਨਹੀਂ। ਕਾਰਪੈਂਟਰ ਦਾ ਕੰਮ ਕਾਫੀ ਪਾਪੂਲਰ ਹੈ ਜੀ ਇੱਥੇ, ਕਿਉਂਕਿ ਇੱਥੇ ਲੱਕੜ ਜ਼ਿਆਦਾ ਯੂਜ਼ ਹੁੰਦੀ ਹੈ ਨਾ। ਕਾਰਪੈਂਟਰ ਕਿੰਨੇ ਟਾਈਪ ਦੇ ਆ ਜਾਂਦੇ ਜੀ ਇੱਥੇ, ਮੈਂ ਕੈਟੇਗਰੀਜ਼ ਜੋ ਮੈਂ ਦੇਖੀਆਂ ਨੇ, ਜਿਹੜਾ ਫਰਨੀਚਰ ਬਣਾਉਂਦਾ ਉਹ ਵੀ ਕਾਰਪੈਂਟਰ ਆ, ਅਤੇ ਕੈਬਨਿਟਸ ਬਣਾਉਣ ਵਾਲੇ ਵੀ ਕਾਰਪੈਂਟਰ ਨੇ, ਅਤੇ ਜਿਹੜੇ ਜਿਵੇਂ ਇੱਧਰ ਘਰ ਲੱਕੜ ਦੇ ਹੁੰਦੇ ਆ, ਲੱਕੜ ਦੇ ਘਰਾਂ ਦੇ ਅੰਦਰ ਹੈ ਨਾ ਲੱਕੜ ਦੀ ਫਰੇਮਿੰਗ ਹੁੰਦੀ ਆ, ਸੋ ਉਹਨੂੰ ਫਰੇਮਰ ਵੀ ਕਹਿ ਦਿੰਦੇ ਆ, ਪਰ ਐਕਚੁਅਲੀ ਹੈਗੇ ਉਹ ਕਾਰਪੈਂਟਰ, ਸੋ ਉਹਨਾਂ ਨੂੰ ਵੀ ਆਪਾਂ ਕਾਰਪੈਂਟਰ ਕਹਿੰਦੇ ਹਾਂ। ਇੱਦਾਂ ਹੀ ਕਾਰਪੈਂਟਰ ਯਾਨੀ ਕਿ ਮਤਲਬ ਹਰੇਕ ਫੀਲਡ ਵਿੱਚ ਫੈਲੇ ਹੋਏ ਨੇ, ਕਿਉਂਕਿ ਇੱਥੇ ਲੱਕੜ ਦਾ ਕਾਫੀ ਯੂਜ਼ ਆ, ਸੋ ਤਾਂ ਕਰਕੇ ਕਾਰਪੈਂਟਰ ਇੱਕ ਗੁੱਡ ਜੌਬ ਆ। ਕੰਪੀਟੀਸ਼ਨ ਘੱਟ ਰਹਿ ਜਾਂਦਾ, ਪਲੱਸ ਜੋਬ ਸਿਕਿਓਰ ਹੋ ਜਾਂਦੀ ਆ, ਅਤੇ ਉਹਨੂੰ ਵਧੀਆ ਕੰਮ ਮਿਲ ਜਾਂਦਾ, ਜਿਹਨੂੰ ਕੁਛ ਆਉਂਦਾ ਆ ਉਹਨੂੰ ਕੰਮ ਮਿਲ ਜਾਂਦਾ, ਉਹ ਵੀ ਵਧੀਆ ਵਧੀਆ ਪੇ 'ਤੇ। ਸੋ ਵੀਡੀਓ ਸਟਾਰਟ ਕਰਦੇ ਹਾਂ ਜੀ। ਮੈਂ ਇਸ ਵੀਡੀਓ ਦੇ ਵਿੱਚ ਕੈਬਨਿਟ ਮੇਕਰ ਵਾਲੇ ਕਾਰਪੈਂਟਰ ਦੀ ਗੱਲ ਕਰਨਾ ਚਾਹੂੰਗਾ, ਕਿਉਂਕਿ ਮੈਨੂੰ ਉਸ ਚੀਜ਼ ਦਾ ਐਕਸਪੀਰੀਅੰਸ ਆ ਅਤੇ ਮੈਂ ਉਸ ਚੀਜ਼ ਨੂੰ ਓਬਜ਼ਰਵ ਕੀਤਾ ਹੋਇਆ। ਅਦਰਵਾਈਜ਼ ਬਾਕੀ ਕਾਰਪੈਂਟਰ ਹੋ ਗਏ ਜਿਹੜੇ ਫਰਨੀਚਰ ਬਣਾਉਂਦੇ ਨੇ, ਜਾਂ ਫਿਰ ਜਿਹੜੇ ਫਰੇਮਰ ਨੇ, ਜਾਂ ਕੋਈ ਹੋਰ ਕਾਰਪੈਂਟਰ ਨੇ, ਬਟ ਗੁੱਡ ਜੋਬ ਆ ਇੰਨਾ ਮੈਂ ਕਹਿ ਸਕਦਾ ਹਾਂ। ਸੋ ਮੈਂ ਕੈਬਨਿਟ ਮੇਕਰ ਅਤੇ ਕਾਰਪੈਂਟਰ ਦੀ ਗੱਲ ਕਰਦਾ ਜੀ ਸਟਾਰਟ ਹੁਣ। ਸੋ ਮੈਂ ਕੈਬਨਿਟ ਮੇਕਿੰਗ ਦੇ ਵਿੱਚ ਕਾਰਪੈਂਟਰਸ ਨੂੰ ਚਾਰ ਕੈਟੇਗਰੀਜ਼ 'ਚ ਵੰਡਿਆ ਹੋਇਆ, ਚਾਰ ਕੈਟੇਗਰੀਜ਼ ਯਾਨੀ ਕਿ ਹੈਲਪਰ, ਕੈਬਨਿਟ ਮੇਕਰ, ਕਟਿੰਗ ਪਰਸਨ ਜਾਂ ਕਟਿੰਗ ਮੈਨ ਕਹਿ ਲਓ ਤੁਸੀਂ, ਜਿਹੜਾ ਬੰਦਾ ਟੇਬਲ ਸੌ 'ਤੇ ਕਟਿੰਗ ਕਰਦਾ, ਅਤੇ ਚੌਥਾ ਹੈਗਾ ਜੀ ਇੰਸਟਾਲਰ। ਹੈਲਪਰ ਯਾਨੀ ਕਿ ਜੇ ਇਸ ਬੰਦੇ ਨੂੰ ਲੱਕੜ ਦਾ ਕੰਮ ਨਹੀਂ ਆਉਂਦਾ ਬਟ ਉਹ ਸਟਾਰਟ ਕਰਨਾ ਚਾਹੁੰਦਾ, ਸੋ ਐਜ਼ ਏ ਹੈਲਪਰ ਉਹ ਕੰਮ ਸਟਾਰਟ ਕਰ ਸਕਦਾ, ਹੌਲੀ ਹੌਲੀ ਉਹ ਪ੍ਰੋਸੀਡ ਹੋ ਸਕਦਾ ਹੈ ਨਾ, ਹੋਰ ਕੰਮ 'ਚ ਕੋਈ ਸਿੱਖ ਲੈਂਦਾ, ਕੈਬਨਿਟ ਮੇਕਿੰਗ ਦਾ ਸਿੱਖ ਲੈਂਦਾ, ਜਾਂ ਹੌਲੀ ਹੌਲੀ ਕਟਿੰਗ ਦਾ ਸਿੱਖ ਲੈਂਦਾ, ਸੋ ਹੈਲਪਰ ਤੋਂ ਬਾਕੀ ਪੋਜੀਸ਼ਨਾਂ ਹਾਸਲ ਹੋ ਜਾਂਦੀਆਂ। ਇੱਕ ਵਾਰ ਹੈਲਪਰ ਦੀ ਲਾਈਨ ਵਿੱਚ ਵੜ ਕੇ ਬੰਦਾ ਇਸ ਲਾਈਨ 'ਚ ਐਂਟਰ ਹੋ ਜਾਂਦਾ। ਹੁਣ ਹੈਲਪਰ ਦੀ ਗੱਲ ਕਰੀਏ ਤਾਂ ਹੈਲਪਰ ਨੂੰ ਓਬਵੀਅਸਲੀ ਬੇਸ ਰੇਟ ਮਿਲਦਾ ਆ, ਸੋ $14 ਇੱਥੇ ਮਿਨੀਮਮ ਰੇਟ ਆਉਂਟ ਆ ਰਹੀ ਉਹਦੇ ਵਿੱਚ, ਸੋ $14 ਰੇਟ 'ਤੇ ਇੱਕ ਹੈਲਪਰ ਜੋਬ ਕਰਦਾ ਆ, ਅਤੇ ਇੱਕ ਵੀਕ ਦੇ ਕਿੰਨੇ ਆਵਰਸ ਲਾ ਸਕਦਾ। ਹਾਲਾਂਕਿ ਇਸ ਕੰਮ ਦੀ ਇਹ ਵੀ ਮੌਜ ਆ ਵੀ ਇਹਦੇ ਵਿੱਚ ਆਵਰਸ ਬਹੁਤ ਜ਼ਿਆਦਾ ਲੱਗ ਜਾਂਦੇ ਆ, ਖਾਸ ਕਰ ਜਦੋਂ ਸਮਰਸ ਦੇ ਵਿੱਚ ਬਿਜ਼ੀ ਹੁੰਦਾ ਨਾ, ਉਦੋਂ 60-60 ਤੋਂ ਉੱਪਰ ਟੱਪ ਜਾਂਦੇ ਵੀਕ ਦੇ, ਬਹੁਤ ਮਤਲਬ 60-65-70 ਤੱਕ ਵੀ ਪਹੁੰਚ ਜਾਂਦੇ ਨੇ। ਜੇ ਹੈਲਪਰ $14 'ਤੇ ਕੰਮ ਕਰਦਾ ਪਿਆ ਅਤੇ ਉਹ ਵੀਕ ਦੇ ਮੈਂ ਐਵਰੇਜ 50 hours ਮੰਨ ਕੇ ਚੱਲ ਰਿਹਾ, ਸੋ $14 'ਤੇ 50 ਘੰਟੇ ਲਾ ਕੇ ਇੱਕ ਹੈਲਪਰ ਇੱਕ ਵੀਕ ਦਾ ਬਣਾ ਸਕਦਾ $700, ਯਾਨੀ ਕਿ ਇੱਕ ਮੰਥ ਦਾ ਹੋ ਗਿਆ $2800। ਸੋ ਇਹਦੇ ਵਿੱਚੋਂ ਟੈਕਸ ਵੀ ਘੱਟ ਹੋਣਾ ਆ, ਬਟ ਟੈਕਸ ਆਫਟਰ ਦੈਟ ਰਿਟਰਨ ਵੀ ਹੋ ਜਾਣਾ ਤੁਹਾਨੂੰ ਇੱਕ ਸਾਲ ਦੇ ਵਿੱਚ, ਬਟ ਅਰਾਊਂਡ ਤੁਸੀਂ ਕਹਿ ਸਕਦੇ ਹੋ ਵੀ $2500 ਉਹ ਆਪਣੇ ਹੱਥ 'ਚ ਰੱਖਦਾ। ਹੈਲਪਰ ਦੀ ਜੋਬ ਕੀ ਹੁੰਦੀ ਆ, ਹੈਲਪਰ ਦੇ ਕੰਮਾਂ 'ਚ ਇਹ ਚੀਜ਼ਾਂ ਆ ਸਕਦੀਆਂ ਵੀ ਉਹ ਇੰਸਟਾਲਰ ਨਾਲ ਚੱਲ ਜਾਂਦਾ, ਇੰਸਟਾਲੇਸ਼ਨ 'ਤੇ ਉੱਥੇ ਕੰਮ ਕਰਵਾ ਲੈਂਦਾ ਨਾਲ, ਜਾਂ ਉਹ ਵਰਕਸ਼ਾਪ 'ਤੇ ਕੋਈ ਨਾ ਕੋਈ ਕੰਮ ਕਰ ਸਕਦਾ, ਜਾਂ ਫਿਰ ਆਪਣੇ ਜਿਵੇਂ ਕੈਬਨਟਸ ਦੀਆਂ ਡੋਰਸ ਹੁੰਦੀਆਂ ਨਾ, ਡੋਰਾਂ ਇਹ ਸਾਰੀਆਂ ਪੇਂਟ ਹੁੰਦੀਆਂ ਨੇ ਜ਼ਿਆਦਾਤਰ ਮੋਸਟਲੀ, ਸੋ ਪੇਂਟਡ ਡੋਰਸ ਨੂੰ ਅਰਾਊਂਡ 2 ਜਾਂ 3 ਵਾਰ ਸੈਂਡ ਕਰਨਾ ਪੈਂਦਾ, 2-3 ਵਾਰ ਸੈਂਡ ਕਰਕੇ ਅਤੇ ਉਹਦੇ 'ਤੇ ਪੇਂਟ ਹੁੰਦਾ ਹੈ ਨਾ, ਉਹ ਉੱਥੇ ਵੀ ਸੈਂਡਿੰਗ ਦਾ ਕੰਮ ਵੀ ਕਰ ਸਕਦਾ ਹੈਲਪਰ, ਕਿਉਂਕਿ ਸੈਂਡਿੰਗ ਦਾ ਕੰਮ ਬੜਾ ਟ੍ਰਿਕੀ ਨਹੀਂ ਹੈਗਾ, ਅਰਾਊਂਡ ਬੰਦਾ 1 ਹਫ਼ਤਾ ਜਾਂ 10 ਦਿਨਾਂ 'ਚ ਸਿੱਖ ਜਾਂਦਾ। ਸੋ ਆਹ ਕੰਮ ਹੁੰਦੇ ਨੇ ਹੈਲਪਰ ਦੇ, ਬਟ ਉਹ ਹੈਲਪਰ ਦੇ ਨਾਲ ਨਾਲ ਹੋਰ ਕੰਮ ਸਿੱਖ ਕੇ ਅਗਲੀਆਂ ਪੋਜੀਸ਼ਨਾਂ ਹਾਸਲ ਕਰ ਸਕਦਾ ਹੈ ਨਾ। ਸੋ ਹੈਲਪਰ ਇੱਕ ਮੰਥ ਦਾ ਬਣਾਉਂਦਾ ਜੀ $2800 ਬਿਫੋਰ ਟੈਕਸ, ਟੈਕਸ ਵੀ ਕੱਟ ਹੋਣਾ, ਸੋ ਉਹਦੇ ਕੋਲ $2500 ਅਰਾਊਂਡ ਰਹਿ ਜਾਣਗੇ। ਨੈਕਸਟ ਕੈਟੇਗਰੀ ਮੈਂ ਬਣਾਈ ਆ ਜੀ ਕੈਬਨਿਟ ਮੇਕਰ ਦੀ। ਕੈਬਨਿਟ ਮੇਕਰ ਉਹ ਬੰਦਾ ਆ ਜਾਂਦਾ ਜੀ ਜਿਹਦੇ ਕੋਲ ਸਾਰਾ ਕੱਟਿਆ ਹੋਇਆ ਸਮਾਨ ਪਹੁੰਚ ਜਾਣਾ ਅਤੇ ਉਹਨੇ ਅਸੈਂਬਲ ਕਰਨਾ ਆ, ਨੇਲਾਂ ਲਾ ਕੇ ਜਾਂ ਸਕਰੂ ਲਾ ਕੇ, ਵਾਟ ਐਵਰ ਜੋ ਵੀ ਕੰਪਨੀ ਦੀ ਪੋਲਿਸੀ ਆ, ਬੋਕਸ ਬਣਾ ਕੇ ਉਹਦੇ ਵਿੱਚ ਉਹਨੇ ਐਕਸੈਸਰੀਜ਼ ਵੀ ਇੰਸਟਾਲ ਕਰਨੀਆਂ ਹੁੰਦੀਆਂ, ਲਾਈਕ ਡਰੋਰਸ ਦੇ ਟਰੈਕ ਇੰਸਟਾਲ ਕਰਨੇ, ਸ਼ੈਲ ਸਪੋਰਟਾਂ, ਦੈਨ ਹਿੰਜ ਪਲੇਟਾਂ ਜਿਨ੍ਹਾਂ 'ਤੇ ਡੋਰ ਟਿੱਕਣੇ ਆ ਹੈ ਨਾ,
ਤੇ ਇਸ ਤੋਂ ਇਲਾਵਾ ਕਈ ਸਪੈਸ਼ਲ ਐਕਸੈਸਰੀਜ਼ ਵੀ ਹੁੰਦੀਆਂ ਜਿਵੇਂ ਗਾਰਬੇਜ ਬਿਨ ਪਾਉਣਾ ਜਾਂ ਮੈਜਿਕ ਕਾਰਨਰ ਹੁੰਦਾ, ਕਾਰਨਰ ਦੇ ਵਿੱਚ ਇੱਕ ਫੈਂਸੀ ਮੈਜਿਕ ਕਾਰਨਰ ਪੈ ਜਾਂਦੇ ਆ, ਕਾਫੀ ਐਕਸੈਸਰੀਜ਼ ਆਈਆਂ ਹੋਈਆਂ ਮਾਰਕੀਟ 'ਚ। ਸੋ ਕੈਬਨਿਟ ਮੇਕਰ ਦਾ ਕੰਮ ਆ ਵੀ ਉਹਨੇ ਬੋਕਸ ਪੂਰਾ ਤਿਆਰ ਕਰਕੇ ਸਾਰੀਆਂ ਐਕਸੈਸਰੀ ਵਿੱਚ ਇੰਸਟਾਲ ਕਰਕੇ ਬੋਕਸ ਥੱਲੇ ਲਾ ਦੇਣਾ। ਸੋ ਉਹ ਕੰਮ ਹੈਗਾ ਜੀ ਕੈਬਨਿਟ ਮੇਕਰ ਦਾ। ਕੈਬਨਿਟ ਮੇਕਰ ਵੀ ਗੁੱਡ ਜੋਬ ਆ ਜੀ। ਕੈਬਨਿਟ ਮੇਕਰ ਦਾ ਜੋ ਰੇਟ ਆ ਇੱਥੇ ਮੈਂ ਦੇਖਿਆ ਉਹ ਹੈਗਾ ਜੀ $16 to $18 ਬੇਸਡ ਔਨ ਐਕਸਪੀਰੀਅੰਸ ਜਾਂ ਸਕਿੱਲਸ, ਹੈ ਨਾ, ਵੀ ਉਹਨੂੰ ਕਿੰਨਾ ਕੰਮ ਆਉਂਦਾ ਜਾਂ ਕਿੰਨੇ ਚਿਰ ਐਕਸਪੀਰੀਅੰਸ ਆ, 16 to 18 ਦੇ ਵਿੱਚ ਵਿੱਚ ਉਹਨੂੰ ਮਿਲ ਜਾਂਦਾ। ਸੋ ਮੈਂ ਐਵਰੇਜ $17 ਕੰਸੀਡਰ ਕਰ ਲੈਂਦਾ ਉਹਦੀ ਸੈਲਰੀ, ਅਤੇ ਆਵਰਸ 50 ਕਰ ਲੈਣਾ ਵੀਕ ਦੇ। ਸੋ 50 ਆਵਰਸ ਦੇ ਹਿਸਾਬ ਨਾਲ $17 ਅਤੇ ਇੱਕ ਕੈਬਨਿਟ ਮੇਕਰ ਬਣਾ ਸਕਦਾ $850 ਇੱਕ ਵੀਕ ਦੇ, ਯਾਨੀ ਕਿ ਇੱਕ ਮੰਥ ਦੇ ਹੋ ਗਏ $3400। ਟੈਕਸ ਕਟਾ ਕੇ ਤੁਸੀਂ ਕਹਿ ਲਓ ਵੀ 3,000-3,200 ਉਹਦੇ ਕੋਲ ਰਹਿਣਗੇ, ਉਹਦੀ ਜੇਬ 'ਚ ਰਹਿਣਗੇ ਐਟ ਦੀ ਐਂਡ ਆਫ ਦੀ ਮੰਥ, ਜਿਹਦੇ ਵਿੱਚ ਉਹ ਸੰਡੇ ਦੀਆਂ ਛੁੱਟੀਆਂ ਕਰ ਰਿਹਾ, ਕਿਉਂਕਿ 50 ਘੰਟੇ ਕਈ ਵਾਰ 5 ਦਿਨਾਂ 'ਚ ਵੀ ਕੰਪਲੀਟ ਹੋ ਜਾਂਦੇ ਨੇ, ਕਈ ਵਾਰ 6 ਦਿਨਾਂ 'ਚ ਵੀ ਹੋ ਜਾਂਦੇ ਆ। ਇਸ ਤੋਂ ਇਲਾਵਾ ਬਾਕੀ ਡਿਪੈਂਡ ਕਰਦਾ ਓਵਰ ਟਾਈਮ 'ਤੇ, ਓਵਰ ਟਾਈਮ ਤੁਹਾਨੂੰ ਕਿੰਨਾ ਮਿਲਦਾ ਪਿਆ, ਨਾ ਹੋਰ ਜ਼ਿਆਦਾ, ਕਿਉਂਕਿ ਜਦੋਂ ਬਿਜ਼ੀ ਆਵਰਸ ਹੁੰਦੇ ਉਦੋਂ ਬਹੁਤ ਕੰਮ ਹੁੰਦਾ, ਉਦੋਂ ਬਸ ਲਗਾਤਾਰ ਹੁੰਦਾ, ਡੱਬੇ ਬਣਾ ਬਣਾ ਕੇ ਲਾਈ ਜਾਣੇ ਅਗਲੀ ਜੋਬ ਆ ਗਈ, ਡੱਬੇ ਬਣਾ ਕੇ ਲਾਹ 'ਤੇ। ਫਿਰ ਆ ਜਾਂਦਾ ਜੀ ਕਟਿੰਗ ਪਰਸਨ, ਕਟਿੰਗ ਮੈਨ ਕਹਿ ਲਓ, ਕਟਿੰਗ ਪਰਸਨ ਜਿਹੜਾ ਕਿ ਟੇਬਲ 100 ਦੇ ਉੱਤੇ ਸਾਰੀ ਜੋਬ ਦੀ ਕਟਿੰਗ ਕਰਦਾ ਆ। ਕਟਿੰਗ ਮੈਨ ਕੋਲ ਡਰਾਇੰਗ ਪਹੁੰਚ ਜਾਣੀ ਹੁੰਦੀ, ਜਿਹੜਾ ਔਰਡਰ ਅਸੀਂ ਕੱਟਦੇ ਪਏ ਹਾਂ ਉਹਦੀ ਡਰਾਇੰਗ ਕਟਿੰਗ ਮੈਨ ਕੋਲ ਪਹੁੰਚ ਜਾਣੀ ਆ। ਸੋ ਉਹਨੇ ਉਸ ਹਿਸਾਬ ਨਾਲ ਜਿਹੜੀਆਂ ਸ਼ੀਟਾਂ ਹੁੰਦੀਆਂ ਨੇ ਉਹਦੀ ਕਟਿੰਗ ਕਰਨੀ ਆ, ਉਹ ਸਾਰੀਆਂ ਸਟੈਕ ਕਰ ਦੇਣੀ ਆ। ਅਤੇ ਕਟਿੰਗ ਵਾਲਾ ਕੰਮ ਵੀ ਥੋੜ੍ਹਾ ਟ੍ਰਿਕੀ ਆ ਜਾਂਦਾ, ਕਿਉਂਕਿ ਟੇਬਲ ਸਾਹ 'ਤੇ ਵਰਕ ਕਰਨਾ, ਨਾ ਰਿਸਪੋਂਸੀਬਿਲਟੀ ਵਾਲਾ ਕੰਮ ਆ ਥੋੜ੍ਹਾ। ਕਟਿੰਗ ਪਰਸਨ ਦੀ ਐਵਰੇਜ ਸੈਲਰੀ ਜੋ ਕਿ ਮੈਂ ਇੱਥੇ ਓਬਜ਼ਰਵ ਕੀਤਾ ਉਹ ਹੈਗੀ ਜੀ $19 to $21 ਇੱਕ ਘੰਟੇ ਦੇ, $19 to $21 ਬੇਸਡ ਔਨ ਅਗੇਨ ਐਕਸਪੀਰੀਅੰਸ, ਵੀ ਉਹ ਕਿੰਨੇ ਚਿਰ ਤੋਂ ਕਟਿੰਗ ਦਾ ਕੰਮ ਕਰ ਰਿਹਾ ਜਾਂ ਉਹ ਕਿੰਨਾ ਕੰਮ ਜਾਣਦਾ ਆ, ਜਾਂ ਉਹ ਟਰਬਲ ਸ਼ੂਟਰ ਹੈਗਾ, ਉਹ ਕਿਸੇ ਪ੍ਰੋਬਲਮ ਨੂੰ ਹੱਲ ਕਰਨਾ ਜਾਣਦਾ ਜਾਂ ਨਹੀਂ। ਸੋ ਇਹਨਾਂ ਬਰੀਕੀਆਂ ਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਵੀ $19 to $21 ਤੱਕ ਜੇ ਵਧੀਆ ਕੰਮ ਕਰਦਾ, ਜ਼ਿਆਦਾ ਐਕਸਪੀਰੀਅੰਸ, ਸਾਨੂੰ $21 ਮਿਲ ਸਕਦੇ ਆ, ਨਹੀਂ ਤਾਂ $19 to $20 ਮਿਲ ਸਕਦੇ ਆ। ਸੋ ਮੈਂ ਐਵਰੇਜ ਮੰਨ ਕੇ ਚੱਲਦਾ ਪਿਆ ਜੀ $20 ਜੇ ਉਹਨੂੰ ਇੱਕ ਘੰਟੇ ਦੇ ਮਿਲਦੇ ਆ, ਤਾਂ ਇੱਕ ਵੀਕ 'ਚ 50 ਘੰਟੇ ਲਾ ਕੇ ਇੱਕ ਕਟਿੰਗ ਪਰਸਨ ਬਣਾ ਸਕਦਾ ਜੀ $1,000 ਇੱਕ ਵੀਕ ਦੇ। ਸੋ ਯਾਨੀ ਕਿ 4 ਵੀਕਾਂ ਦੇ ਹੋ ਗਏ $4,000 ਬਿਫੋਰ ਟੈਕਸ। ਸੋ $4,000 ਕਮਾ ਸਕਦਾ ਇੱਕ ਕਟਿੰਗ ਵਾਲਾ ਬੰਦਾ, ਜਿਹਨੇ ਸਿਰਫ ਟੇਬਲ ਸਾਹ 'ਤੇ ਕਟਿੰਗ ਕਰਨੀ ਆ, ਉਹਦੇ ਕੋਲ ਡਰਾਇੰਗ ਪਹੁੰਚ ਜਾਣੀ ਆ, ਬਲਿਊ ਪ੍ਰਿੰਟਸ ਪਹੁੰਚ ਜਾਣੇ ਆ, ਉਸ ਹਿਸਾਬ ਨਾਲ ਉਹਨੇ ਸਾਰੀ ਜੋਬ ਦੀ ਕਟਿੰਗ ਕਰਨੀ ਆ। ਦੈਨ ਮੇਰੀ 4th ਕੈਟਾਗਰੀ ਹੈਗੀ ਆ ਜੀ ਇੰਸਟਾਲਰ। ਇੰਸਟਾਲਰ ਹੁੰਦਾ ਜੀ ਜਦੋਂ ਕੈਬਨਿਟਸ ਬਣ ਜਾਂਦੀਆਂ ਸਾਰੀਆਂ ਪ੍ਰੋਪਰ ਤਿਆਰ ਨੇ, ਰੈਡੀ ਨੇ, ਡੋਰ ਵਗੈਰਾ ਸਾਰੇ ਚੜ ਗਏ ਨੇ, ਸੋ ਅਸੀਂ ਸਾਈਟ 'ਤੇ ਜਾ ਕੇ ਇੰਸਟਾਲ ਕਰਨੀ ਆ, ਨਾ ਜਿੱਥੋਂ ਦੀ ਡਰਾਇੰਗ ਆ, ਜਿੱਥੋਂ ਦੀ ਜੋਬ ਹੈਗੀ ਆ, ਉਹ ਕਸਟਮਰ ਦੇ ਘਰ ਜਾ ਕੇ ਇੰਸਟਾਲ ਕਰਨੀ ਆ। ਇੰਸਟਾਲੇਸ਼ਨ ਵਾਲਾ ਕੰਮ ਕਾਫੀ ਟ੍ਰਿਕੀ ਹੁੰਦਾ ਜੀ, ਕਾਫੀ ਪ੍ਰੋਬਲਮਸ ਵੀ ਆਉਂਦੀਆਂ, ਕਿਉਂਕਿ ਹਰ ਜਗ੍ਹਾ 'ਤੇ ਨਵੀਂ ਡਰਾਇੰਗ, ਨਵੀਂ ਸਾਈਟ ਹੁੰਦੀ ਆ, ਨਾ ਪਲੱਸ ਇਹਦੇ ਵਿੱਚ ਪਲੰਬਿੰਗ ਵਗੈਰਾ ਕਈਆਂ ਦੀ ਸਾਈਡ ਤੋਂ ਆਈ ਹੁੰਦੀ, ਕਈਆਂ ਦੀ ਥੱਲਿਓਂ ਦੀ ਆਈ ਹੁੰਦੀ ਆ ਫਲੋਰ ਤੋਂ। ਸੋ ਔਨ ਦੀ ਸਪੋਟ ਜੋ ਕਿ ਤੁਹਾਨੂੰ ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ ਵੀ ਮੌਕੇ 'ਤੇ ਕੀ ਕੀਤਾ ਜਾ ਸਕਦਾ, ਅਗਰ ਕੋਈ ਪ੍ਰੋਬਲਮ ਆਉਂਦੀ ਉਹ ਤੁਹਾਨੂੰ ਹੱਲ ਲੱਭਣਾ ਪੈਂਦਾ, ਨਾ ਤੁਹਾਨੂੰ ਸੋਲਿਊਸ਼ਨ ਦੇਖਣਾ ਪੈਂਦਾ, ਜਾਂ ਤੁਹਾਨੂੰ ਆਪਸ਼ਨਸ ਦੇਖਣੀਆਂ ਪੈਂਦੀਆਂ ਵੀ ਇਹਦਾ ਕੀ ਹੋ ਸਕਦਾ, ਵੀ ਇਲੈਕਟ੍ਰੀਕਲ ਦੀਆਂ ਵਾਇਰਸ ਹੈਗੀਆਂ ਜਾਂ ਨਹੀਂ, ਜਾਂ ਫਿਰ ਕੋਈ ਪਲੱਗ ਸੌਕਟ ਕੋਈ ਕੈਬਨਿਟਸ ਦੇ ਵਿੱਚ ਆ ਜਾਂਦਾ, ਨਾ ਸੋ ਮੌਕੇ 'ਤੇ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ। ਪਲੱਸ ਇਹ ਥੋੜ੍ਹਾ ਮੈਜ਼ਰਮੈਂਟ ਵਾਲਾ ਕੰਮ ਆ, ਮਾੜੀ ਜਿਹੀ ਵੀ ਗਲਤੀ ਹੋਈ ਉਹ ਸਾਰੀ ਬਾਕੀ ਚੀਜ਼ਾਂ ਨੂੰ ਵੀ ਖਰਾਬ ਕਰ ਸਕਦੀ ਹੈ, ਕਿਉਂਕਿ ਸਾਰੀਆਂ ਕੈਬਨਿਟਸ ਇੱਕ ਦੂਜੇ ਨਾਲ ਅਟੈਚ ਹੋਣੀਆਂ ਹੁੰਦੀਆਂ ਨੇ ਮੋਸਟਲੀ। ਸੋ ਜੇ ਇੱਕ ਚੀਜ਼ ਗਲਤੀ ਆ ਗਈ ਉਹ ਅੱਗੇ ਅੱਗੇ ਖਰਾਬ ਹੁੰਦੀਆਂ ਜਾਂਦੀਆਂ। ਇਹਨੂੰ ਵੀ ਮੈਂ ਕਹਿਣਾ ਚਾਹੂੰਗਾ ਵੀ ਇੰਸਟਾਲਰ ਦਾ ਕੰਮ ਕਾਫੀ ਰਿਸਪੋਂਸੀਬਿਲਟੀ ਵਾਲਾ ਆ, ਬਟ ਇੰਸਟਾਲਰ ਗੁੱਡ ਮਨੀ ਅਰਨ ਕਰਦਾ ਜੀ। ਇੰਸਟਾਲਰ ਗੁੱਡ ਮਨੀ ਅਰਨ ਕਰਦਾ, ਕਿਉਂਕਿ ਓਬਵੀਅਸਲੀ ਜੇ ਰਿਸਪੋਂਸੀਬਿਲਟੀ ਵੱਧਦੀ ਆ ਤਾਂ ਉੱਥੇ ਸੈਲਰੀ ਵੀ ਇਨਕਰੀਜ਼ ਹੁੰਦੀ ਆ। ਸੋ ਇੰਸਟਾਲਰ ਦੇ ਅੰਟਾਰੀਓ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਇੱਕ ਇੰਸਟਾਲਰ $22 to $25 ਲੈਂਦਾ ਆਪਣੀ ਸਰਵਿਸ ਦੇ। ਜੇ ਜ਼ਿਆਦਾ ਐਕਸਪੀਰੀਅੰਸ ਵਾਲਾ ਬੰਦਾ ਹੈ ਜਿਹਨੇ ਕਾਫੀ ਜੋਬਸ, ਕਾਫੀ ਆਰਡਰ ਉਹਨੇ ਇੰਸਟਾਲ ਕੀਤੇ ਨੇ, ਸੋ ਉਹਨੂੰ $25 ਮੈਕਸੀਮਮ ਰੇਟ ਮਿਲ ਸਕਦਾ, ਜਾਂ ਕਈਆਂ 'ਚ ਇਸ ਤੋਂ ਵੀ ਵੱਧ ਆ। ਮੈਂ ਸੁਣਿਆ ਹੈ ਕਿ ਗੋਰਿਆਂ ਦੀ ਉੱਥੇ ਕੰਪਨੀ ਸੀਗੀ, ਉੱਥੇ ਬੰਦਾ ਇੱਕ $28 'ਤੇ ਵੀ ਲੱਗਾ ਹੋਇਆ ਸੀ। ਸੋ ਪੋਸੀਬਲ ਹੈਗਾ ਆ, ਤੁਹਾਨੂੰ ਵੱਧ ਰੇਟ ਵੀ ਮਿਲ ਜਾਂਦਾ ਆ ਬੇਸਡ ਔਨ ਦਾ ਡਿਮਾਂਡ, ਬੇਸਡ ਔਨ ਯੋਰ ਸਕਿੱਲਸ, ਬੇਸਡ ਔਨ ਯੋਰ ਐਕਸਪੀਰੀਅੰਸ।
ਸੋ 22 ਤੋਂ $25 ਮਿਲਦੇ ਆ ਸੋ ਐਵਰੇਜ ਆਪਾਂ 23 ਕੰਸੀਡਰ ਕਰਦੇ ਹਾਂ $23 ਇੱਕ ਘੰਟੇ ਦੇ ਅਤੇ ਵੀਕ ਦੇ 50 ਘੰਟੇ 'ਚ ਉਹ ਲਾਉਂਦਾ ਆ ਤਾਂ ਉਹ ਇੱਕ ਵੀਕ ਦੇ ਬਣਾ ਲੈਂਦਾ ਜੀ $1150 ਯਾਨੀ ਕਿ ਇੱਕ ਮੰਥ ਯਾਨੀ ਕਿ 4 ਵੀਕਾਂ ਦੀ ਉਹਦੀ ਸੈਲਰੀ ਹੋਊਗੀ $4600 $4600 ਪਰ ਮੰਥ ਵਿਦਆਊਟ ਟੈਕਸ। ਇੰਸਟਾਲਰ ਇੱਕ ਕੰਮ ਹੋਰ ਕਰ ਸਕਦਾ, ਕਾਫੀ ਇੰਸਟਾਲਰ ਜਿੱਥੇ ਕਰਦੇ ਨੇ ਉਹ ਆਪਣਾ ਜਿਵੇਂ ਸੈਟਰਡੇ ਸੰਡੇ ਜੇ ਉਹਨਾਂ ਨੂੰ ਟਾਈਮ ਮਿਲਦਾ ਆ ਤਾਂ ਉਹ ਸੈਟਰਡੇ ਸੰਡੇ ਕੰਪਨੀ ਤੋਂ ਬਾਹਰ ਉਹ ਆਪਣੀਆਂ ਪਰਸਨਲ ਕੰਮ ਕਰ ਲੈਂਦੇ ਆ, ਉਹ ਆਪ ਕਿਚਨ ਇੰਸਟਾਲ ਕਰ ਲੈਂਦੇ ਆ, ਇੰਸਟਾਲਿੰਗ ਦਾ ਕੰਟਰੈਕਟਰ ਲੈ ਲੈਂਦੇ ਉਹ, ਲਾਈਕ ਕੋਈ ਕਿਚਨ ਬਣੀ ਹੋਈ ਆ ਕਿਸੇ ਕੰਪਨੀ ਨੇ ਬਣਾਈ ਆ ਬਟ ਇੰਸਟਾਲਰ ਹੈ ਨਹੀਂ ਉਹਨਾਂ ਕੋਲ, ਸੋ ਉਹ ਆਪਣੇ ਟੂਲ ਲੈ ਕੇ ਉਹ ਜਾ ਕੇ ਇੰਸਟਾਲ ਕਰ ਦਿੰਦੇ ਆ ਅਤੇ ਉਹਦੇ ਵਿੱਚ ਵੀ ਕਾਫੀ ਗੁੱਡ ਮਨੀ ਬਣ ਜਾਂਦੀ ਆ, $250 ਤੋਂ ਲੈ ਕੇ $400 ਤੱਕ ਪਰ ਡੇ ਦਾ ਬਣਾ ਲੈਂਦੇ ਆ। ਸੋ ਜੇ ਮੰਨ ਲਓ ਉਹ ਵੀ ਬਣਾ ਲੈਂਦੇ 4 ਦਿਨ, ਸੋ ਇੱਕ ਇੰਸਟਾਲਰ ਦੀ ਸੈਲਰੀ ਜਿਹੜੀ 6000 ਤੋਂ ਵੀ ਟੱਪ ਜਾਂਦੀ ਆ ਜੇ ਉਹ ਨਾਲ ਆਪਣਾ ਕੰਮ ਵੀ ਕਰ ਲੈਂਦਾ ਸੈਟਰਡੇ ਸੰਡੇ ਨੂੰ ਜਾਂ ਜਦੋਂ ਉਹ ਫ੍ਰੀ ਆ ਜਾਂ ਸ਼ਾਮ ਨੂੰ ਜਾ ਕੇ ਜਾਂ ਓਵਰ ਟਾਈਮ ਲਾ ਕੇ ਰਾਤ ਤੱਕ ਟਾਈਮ ਲਗਾ ਕੇ ਉਹ ਆਪਦੀ ਸੈਲਰੀ ਨੂੰ ਇਨਕਰੀਜ਼ ਕਰ ਸਕਦਾ ਇੱਦਾਂ। ਬਾਕੀ ਬਹੁਤ ਇਸ ਤੋਂ ਵੀ ਇਹ ਤਾਂ ਜੋ ਮੈਂ ਅਬਜ਼ਰਵ ਕੀਤਾ, ਇਸ ਤੋਂ ਇਲਾਵਾ ਸਾਡੇ ਨਾਲ ਇੱਕ ਭਾਜੀ ਕੰਮ ਕਰਦੇ ਹੁੰਦੇ ਸੀ ਐਡਮਿੰਟਨ ਤੋਂ ਸੀਗੇ, ਉਹਨਾਂ ਨੂੰ 5-6 ਸਾਲ ਦਾ ਐਕਸਪੀਰੀਅੰਸ ਸੀਗਾ, ਬਹੁਤ ਵਧੀਆ ਕੰਮ ਕਰਦੇ ਸੀ ਇੰਸਟਾਲੇਸ਼ਨ ਦਾ, ਉਹ ਸਾਰਾ ਕੁਝ ਜਾਣਦੇ ਸੀ। ਕਈ ਹੁੰਦੇ ਆ ਜਿਵੇਂ ਸਾਰਾ ਕੰਮ ਹੀ ਸਿੱਖ ਲਿਆ ਫਿਰ ਮਲਟੀ ਟੈਲੈਂਟਡ ਆ ਜਾਂਦਾ, ਮਲਟੀ ਸਕਿੱਲਸ, ਸਾਰਾ ਬੰਦਾ ਸਾਰਾ ਕੰਮ ਕਰ ਲੈਂਦਾ। ਮੈਂ ਸਗੋਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਕਿਉਂਕਿ ਪੁਰਾਣੇ ਨੇ 6-7 ਸਾਲ, ਸੋ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਭਾਈ ਤੂੰ ਟਰੱਕ 'ਤੇ ਨਹੀਂ ਚੜ੍ਹੇ, ਅਤੇ ਉਹਨਾਂ ਦਾ ਜਵਾਬ ਹੁੰਦਾ ਸੀ ਕਹਿੰਦੇ ਵੀ ਮੈਨੂੰ ਟਰੱਕ ਜਿੰਨੇ ਪੈਸੇ ਇੱਧਰੋਂ ਬਣ ਜਾਂਦੇ, ਮੈਨੂੰ ਟਰੱਕ 'ਤੇ ਚੜ੍ਹਨ ਦੀ ਕੀ ਲੋੜ ਆ, ਨਾਲੇ ਸਵੇਰ ਨੂੰ ਜਾ ਕੇ ਸ਼ਾਮ ਨੂੰ ਘਰੇ। ਸੋ ਵਧੀਆ ਵਧੀਆ ਜੋਬ ਕੀਤੀ ਉਹਨਾਂ ਨੇ ਵੀ, ਚਾਰਜਰ ਗੱਡੀ ਰੱਖੀ ਹੁੰਦੀ, ਸੋ ਉਹਨਾਂ ਨੇ ਮੈਨੂੰ ਦੱਸਦੇ ਹੁੰਦੇ ਸੀ ਕਹਿੰਦੇ ਆ ਗੱਡੀ ਕਹਿੰਦੇ ਇਸੇ ਕੰਮ ਤੋਂ ਫ੍ਰੀ ਕਰਾਈ ਆ। ਕਾਫੀ ਵਧੀਆ ਕੰਮ ਆ, ਲੌਂਗ ਟਰਮ 'ਚੋਂ ਕਿੰਨੇ 7-8 ਸਾਲਾਂ ਤੋਂ ਇਹੀ ਕੰਮ ਕਰਦੇ ਪਏ ਆ। ਇਸ ਤੋਂ ਇਲਾਵਾ ਇੱਕ ਮੇਰੇ ਨਾਲ ਮੁੰਡਾ ਕੰਮ ਕਰਦਾ ਹੁੰਦਾ ਸੀ, ਉਹ ਇੱਥੇ ਸੀ ਪਹਿਲਾਂ, ਹੁਣ ਕੈਲਗਰੀ ਚਲ ਗਿਆ, ਅਤੇ ਉਹ ਕੈਲਗਰੀ ਦੇ ਵਿੱਚ $23 ਲੈਂਦਾ ਪਿਆ ਜਿੱਥੇ ਕਿ ਮਿਨੀਮਮ ਵੇਜ ਅੰਟਾਰੀਓ ਨਾਲੋਂ ਵੀ ਘੱਟ ਆ, ਉਸ ਜਗ੍ਹਾ 'ਤੇ ਉਹ $23 ਲੈ ਰਿਹਾ। ਆਲ ਇਨ ਆਲ ਇੱਕ ਕਾਰਪੈਂਟਰ 'ਤੇ ਗੁੱਡ ਸੈਲਰੀ ਆ, ਬਾਕੀ ਜੋਬ ਇਹ ਬਹੁਤ ਸ਼ਾਨਦਾਰ ਆ, ਕੰਮ ਕੋਈ ਵੀ ਛੋਟਾ ਵੱਡਾ ਨਹੀਂ, ਮੈਂ ਫਿਰ ਕਹਿੰਦਾ ਸਾਰੇ ਕੰਮ ਵਧੀਆ ਨੇ, ਬਟ ਡਿਫਰੈਂਸ ਇਹੀ ਆ ਵੀ ਥੋੜ੍ਹਾ ਜਿਹਾ ਸਮਾਰਟ ਵਰਕ ਆ ਜਾਂਦਾ, ਜਿੱਥੇ ਤੁਹਾਡਾ ਫਿਜ਼ੀਕਲ ਐਫਰਟ ਨਹੀਂ ਲੱਗਣਾ ਉੱਥੇ ਦਿਮਾਗ ਦਾ ਐਫਰਟ ਲੱਗਦਾ, ਐਫਰਟ ਪੂਰਾ ਲੱਗਣਾ ਆ, ਬਟ ਜੇ ਫਿਜ਼ੀਕਲ ਐਫਰਟ ਨਹੀਂ ਲੱਗਦਾ ਪਿਆ ਤੁਹਾਡਾ ਦਿਮਾਗ ਦਾ ਐਫਰਟ ਉੱਥੇ ਲੱਗਦਾ ਆ, ਤੁਹਾਨੂੰ ਸੋਚਣਾ ਪੈਂਦਾ, ਤੁਹਾਨੂੰ ਕੈਲਕੂਲੇਸ਼ਨਸ ਕਰਨੀਆਂ ਪੈਂਦੀਆਂ, ਤੁਹਾਨੂੰ ਐਨਾਲਾਈਜ਼ ਕਰਨਾ ਪੈਂਦਾ, ਸੋ ਉਸ ਚੀਜ਼ ਦੇ ਬੇਸ 'ਤੇ ਜਿਹੜਾ ਰਿਜ਼ਲਟ ਨਿਕਲਦਾ ਆ, ਠੀਕ ਆ ਨਾ, ਉਸ ਚੀਜ਼ ਦੇ ਤੁਹਾਨੂੰ ਪੈਸੇ ਮਿਲਦੇ ਆ। ਵੀਡੀਓ ਕਿਵੇਂ ਦੀ ਲੱਗੀ ਆ ਜੀ? ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਨਾਲੇ ਇੱਧਰ ਸਬਸਕ੍ਰਾਈਬ ਦਾ ਬਟਨ ਹੋਣਾ ਤੁਹਾਡੇ ਰਾਈਟ ਹੈਂਡ ਸਾਈਡ 'ਤੇ ਥੱਲੜੇ ਪਾਸੇ ਲਾਲ ਰੰਗ ਦਾ, ਉਹ ਸਬਸਕ੍ਰਾਈਬ ਕਰ ਲਿਓ, ਅਤੇ ਤਾਂ ਕਿ ਹੋਰ ਵੀਡੀਓਜ਼ ਆਉਣਗੀਆਂ ਤੁਹਾਨੂੰ ਪਤਾ ਲੱਗਦਾ ਰਹੇ ਇਹਨਾਂ ਨਾਲ, ਬਾਕੀ ਸਾਡੀ ਫੈਮਿਲੀ ਵੱਡੀ ਹੋਈ ਜਾਊਗੀ ਥੋੜ੍ਹੀ YouTube ਫੈਮਿਲੀ। ਕਿਵੇਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਦੱਸਿਓ। ਬਾਕੀ ਸਟਿਲ ਜੇ ਕੋਈ ਕੁਐਸਚਨ ਰਹਿ ਗਿਆ ਹੋਵੇ, ਕੋਈ ਚੀਜ਼ ਰਹਿ ਗਈ ਹੋਵੇ ਮੇਰੇ ਕੋਲ, ਮਿਸ ਹੋ ਗਈ ਹੋਵੇ ਜਾਂ ਤੁਹਾਨੂੰ ਲੱਗਦਾ ਵੀ ਮੈਂ ਆਹ ਚੀਜ਼ ਪੁੱਛਣਾ ਚਾਹੁੰਦਾ ਹਾਂ ਕੰਮ ਬਾਰੇ ਜਾਂ ਕੋਈ ਵੀ, ਸੋ ਕਮੈਂਟ ਵਿੱਚ ਤੁਸੀਂ ਪੁੱਛ ਸਕਦੇ ਹੋ, ਨੀਚੇ ਕਮੈਂਟ ਕਰਿਓ ਤੁਸੀਂ, ਅਤੇ ਮੈਂ ਰਾਈਟ ਵੇ ਰਿਪਲਾਈ ਕਰੂੰਗਾ ਉਸ ਚੀਜ਼ ਦਾ।